ਉਹਨਾਂ ਲਖਪਤ ਵਿਅਕਤੀ ਹੈ ਵਿਪਿਨ ਨਈਅਰ, ਜੋ ਕਿ ਸ਼ਿਵ ਸੈਨਾ ਪੰਜਾਬ ਉੱਤਰ ਭਾਰਤ ਦਾ ਪ੍ਰਮੁੱਖ ਹੈ। ਇਸ ਦਾ ਹਾਲ ਬਣਾਇਆ ਕੁਝ ਅਣਪਛਾਤੇ ਨੌਜਵਾਨਾਂ ਨੇ। ਸ਼ੁੱਕਰਵਾਰ ਸ਼ਾਮ ਕਰੀਬ 5:30 ਵਜੇ ਵਿਪਿਨ ਆਪਣੇ ਧਰਮ ਕੰਡੇ ਤੇ ਮੌਜੂਦ ਸੀ ਤਾਂ ਕੰਡੇ ਦੇ ਬਾਹਰ ਕੁਝ ਅਣਪਛਾਤੇ ਨੌਜਵਾਨ ਘੁੰਮ ਰਹੇ ਸਨ, ਜਿਨ੍ਹਾਂ ਨੂੰ ਟਰੱਕਾਂ ਦੀ ਸਪੈਸ਼ਲ ਲੱਗਣ ਤੋਂ ਬਾਅਦ ਉਸਨੇ ਸਾਈਡ ਹੋਣ ਲਈ ਕਿਹਾ, ਪਰ ਉਹ ਉੱਥੋਂ ਨਹੀਂ ਹਟੇ ਤੇ ਕੁਝ ਦੇਰ ਬਾਅਦ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਵਿਪਿਨ ਤੇ ਹਮਲਾ ਕਰ ਦਿੱਤਾ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਉੱਥੋਂ ਫਰਾਰ ਹੋ ਗਏ। ਪੀੜਤ ਨੇ ਪੁਲਿਸ ਨੂੰ ਉਸਦੀ ਸ਼ਿਕਾਇਤ ਕਰ ਦਿੱਤੀ ਅਤੇ ਦਾਅਵਾ ਕੀਤਾ ਕਿ 6 ਜੂਨ ਨੂੰ ਹੋਏ ਇੱਕ ਸਮਾਗਮ 'ਚ ਉਸਨੇ ਕੋਈ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਉਸ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਨੇ ਤੇ ਜਾਂਚ 'ਚ ਜੋ ਵੀ ਸਾਹਮਣੇ ਆਵੇਗਾ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ, ਪਰ ਪੁਲਿਸ ਨੇ ਕਿਸੇ ਵੀ ਕਿਸਮ ਦੀ ਨਿੱਜੀ ਰੰਜਿਸ਼ ਹੋਣ ਤੋਂ ਇਨਕਾਰ ਕੀਤਾ। ਪਹਿਲੇ ਵੀ ਮੈਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਅਤੇ ਮੈਂ ਸਮੇਂ ਨੂੰ ਪ੍ਰਸ਼ਾਸਨ ਨੂੰ ਇਸ ਬਾਰੇ ਇਤਲਾਹ ਕਰਦਾ ਰਿਹਾ ਵਾਂ। ਅਸੀਂ 6 ਜੂਨ ਦਾ ਇੱਕ ਪ੍ਰੋਗਰਾਮ ਰੱਖਿਆ ਜਿਸ ਵਿੱਚ ਇੰਦਰਾ ਗਾਂਧੀ, ਬੇਅੰਤ ਸਿੰਘ ਅਤੇ ਜਿੰਨੇ ਵੀ ਆਪਣੇ ਪੰਜਾਬ ਵਿੱਚ ਅੱਤਵਾਦ ਦੌਰਾਨ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਦਾ 6 ਤਰੀਕ ਨੂੰ ਪ੍ਰੋਗਰਾਮ ਰੱਖਿਆ ਸੀ। ਪਹਿਲੇ ਕੁਛ ਦਿਨ 2-4 ਦਿਨ ਮੇਰੇ ਦਫ਼ਤਰ ਦੇ ਆਸੇ ਪਾਸੇ ਕੁਛ ਅਣਪਛਾਤੇ ਨੌਜਵਾਨ ਘੁੰਮਦੇ ਦੇਖੇ ਗਏ ਸੀ, ਜਿਸ ਬਾਰੇ ਮੈਂ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਚਾਹੁੰਦਾ ਸੀ, ਪਰ ਇਲੈਕਸ਼ਨ ਵਿੱਚ ਬਿਜ਼ੀ ਹੋਣ ਕਰਕੇ ਮੈਂ ਪ੍ਰਸ਼ਾਸਨ ਨੂੰ ਸੂਚਿਤ ਨਹੀਂ ਕਰ ਸਕਿਆ। ਅੱਜ ਮੈਂ ਆਪਣੇ ਦਫ਼ਤਰ ਵਿੱਚ ਜਦ ਬੈਠਾ ਹੋਇਆ ਕੰਮ ਕਰ ਰਿਹਾ ਸੀ, 25-30 ਅਣਪਛਾਤੇ ਨੌਜਵਾਨ ਜਿਨ੍ਹਾਂ ਨੇ ਬਿਨਾਂ ਕੁਝ ਦੱਸੇ ਮੇਰੇ 'ਤੇ ਅਚਾਨਕ ਹਮਲਾ ਕਰ ਦਿੱਤਾ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹ ਅੱਜ ਮੇਰੀ 24/5/2019 ਨੂੰ 7:30 ਵਜੇ ਦੀ ਗੱਲ ਹੈ ਵੀ ਇੰਡੀਆ ਗੇਟ ਦੇ ਪਿੱਛੇ ਆਪਣਾ ਕੰਡਾ ਇੱਕ ਧਰਮ ਕੰਡਾ ਆ, ਉੱਥੋਂ ਅੱਜ ਸਪੈਸ਼ਲ ਲੱਗਣ ਕਰਕੇ ਕਾਫੀ ਗੱਡੀਆਂ ਉੱਥੇ ਵਗੈਰਾ ਟਰੱਕਾਂ ਵਗੈਰਾ ਲੱਗੇ, ਕਾਫੀ ਰਸ਼ ਹੈ ਅਤੇ ਉੱਥੇ ਕੰਡੇ ਦੇ ਬਾਹਰ 5-4 ਬੰਦੇ 7 ਖੜ੍ਹੇ ਸੀਗੇ ਅਤੇ ਉਹਨਾਂ ਨੇ ਯਾਨੀ ਕਿ ਉਹਨਾਂ ਦੇ ਥੋੜ੍ਹੇ ਟਰੱਕ ਅੰਦਰ ਜਾਣ ਵਾਸਤੇ ਦਿੱਕਤ ਹੁੰਦੀ ਸੀਗੀ ਅਤੇ ਉਹ ਕਿਤੇ ਇਹ ਉੱਥੇ ਵਿਪਨ ਨਈਅਰ ਜਿਹੜੇ ਮਾਲਕ ਨੇ ਇਹ ਉੱਥੋਂ ਬਾਹਰ ਨਿਕਲ ਕੇ ਕਿਤੇ ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਪਿੱਛੇ ਹੋ ਜਾਓ ਵੀ ਟਰੱਕ ਜਿਹੜਾ ਅੰਦਰ ਯਾਨੀ ਕਿ ਬਣਨ 'ਚ ਦਿੱਕਤ ਆਉਂਦੀ ਹੈ ਅਤੇ ਇਸੇ ਗੱਲ ਨੂੰ ਲੈ ਕੇ ਉਹ ਬੰਦੇ ਜਿਹੜੇ ਇਹਨਾਂ ਦੇ ਆਪਸ ਵਿੱਚ ਜਿਹੜੇ ਉਲਝ ਗਏ ਤੇ ਇਹਦੇ ਸਿਰ ਦੇ ਉੱਤੇ ਉਹਨਾਂ ਨੇ ਘੜੇ ਘੁੜੇ ਮਾਰੇ ਹੈ। ਬਸ ਇੰਨੀ ਕੋਈ ਗੱਲ ਵੈਰੀਫਾਈ ਜਾਣੀ ਕਿ ਹੋਈ ਹੈ, ਬਾਕੀ ਕੋਈ ਇਹੋ ਜਿਹਾ ਕੋਈ ਜਾਤੀ ਤੌਰ 'ਤੇ ਕੋਈ ਰੰਜਿਸ਼ ਰੱਖ ਕੇ ਇਸ ਨੂੰ ਜਿਹੜਾ ਵੀ ਕੋਈ ਸੱਟ ਲਾਉਣ ਬਾਰੇ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਹੁਣ ਇਸ ਮਾਮਲੇ ਪਿੱਛੇ ਕਿਸ ਦਾ ਹੱਥ ਹੈ ਤੇ ਕਿਉਂ ਇਹ ਹਮਲਾ ਕੀਤਾ ਗਿਆ, ਇਹ ਤਾਂ ਮੁਕੰਮਲ ਜਾਂਚ ਤੋਂ ਬਾਅਦ ਹੀ ਸਾਫ਼ ਹੋ ਪਾਵੇਗਾ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9563963963।